अजीत वैब टीवी वेखण वाले दर्शकों का हार्दिक स्वागत है साथियों, मैं हाँ ताड़ा साथी बलदेव सिंह कंबो। तो अज अं पहुंचे हाँ प्रोग्राम दर्द 47 के तहत पिंड कौलोवाल तहसील अजनाला जिला अमृतसर विखे। इत्थे असीं गल करन जा रहे हैं बापू गुलजार सिंह जी दे नाल, जिहड़े 1947 की वंड के मौके पर पाकिस्तान के किसी पिंड तो आके इत्थे वसे सन। उन्हां कोलों जाणांगे कि 1947 की अनमनुखी वंड के वेले उन्हां नूं किहड़ा किहड़ा कष्ट झाकना पिया, किहड़ियां किहड़ियां दुश्वारियां का सामना करना पिया, तो मुड़ इत्थे स्थापित होने लई किहड़े किहड़े संघर्ष का सामना करना पिया। आओ मिलदे हाँ बापू गुलजार सिंह जी दे नाल। जी, इस टाइम देश की वंड हुई उस समय ਤੁਹਾਡੀ ਉਮਰ ਕਿੰਨੀ ਕੁ ਸੀ? ਉਮਰ 20 ਸਾਲਾਂ ਦੇ ਲਾਗੇ ਟਾਗੇ ਹੋ। ਠੀਕ ਹੈ। ਵਾਈ ਵੀ ਕਰਦੇ ਹਾਂ। ਪਿੰਡ ਖਿਆਲੇ ਦੇ ਵਿੱਚ ਕੋਈ ਸਕੂਲ ਹੈਗਾ ਸੀ? ਜੇ ਹੈਗਾ ਸੀ ਤੇ ਕੋਈ ਪੜ੍ਹਨ ਦਾ ਮੌਕਾ ਮਿਲਿਆ? ਮੌਕਾ ਕੋਈ ਨਹੀਂ ਮਿਲਿਆ, ਪਹਿਲਾਂ ਹੈ ਨਹੀਂ ਤੇ ਸਕੂਲ ਬਣਿਆ ਤੇ ਫਿਰ ਰੌਲੇ ਪੈ ਗਏ। ਸਾਡੇ ਦਰਸ਼ਕਾਂ ਨੂੰ ਇਹ ਜਾਣਕਾਰੀ ਦਿਓ, ਜਦੋਂ ਅਸੀਂ ਇਕੱਠੇ ਵਸਦੇ ਸੀ ਇੱਕ ਭਾਈਚਾਰਕ ਸਾਂਝ ਸੀ, ਉਦੋਂ ਸਾਡਾ ਮੁਸਲਮਾਨਾਂ ਦੇ ਨਾਲ ਵਰਤਾਅ ਕਿਹੋ ਜਿਹਾ ਸੀ, ਕਿਸ ਤਰ੍ਹਾਂ ਦਾ ਸਾਡਾ ਭਾਈਚਾਰਾ ਸੀ ਉਹਨਾਂ ਨਾਲ? ਉਦੋਂ ਤੇ ਇੱਕ ਦੂਜੇ ਨਾਲ ਇਕੱਠੇ ਕੰਮ ਕਰੀਦੇ ਸੀ, ਇਕੱਠੇ ਬਹੀਦਾ ਸੀਗਾ, ਗੱਲਾਂ ਬਾਤਾਂ ਕਰੀਦੀਆਂ ਸੀਗੀਆਂ ਅਤੇ ਹੋਰ ਵੀ 22-23 ਦਾ ਕੰਮ ਜਿਹੜਾ ਨਾਲ ਕਰਾਉਂਦੇ ਸੀ, ਕਰਦੇ ਸੀ ਅਤੇ ਜਦੋਂ ਫਿਰ ਰੌਲਾ ਪਿਆ ਉਦੋਂ ਉੱਧਰ ਹੀ ਹਟੇ ਨੇ। ਤੁਹਾਡੀ ਜਾਇਦਾਦ ਉੱਥੇ ਕਿੰਨੀ ਕੁ ਸੀ ਪਿੰਡ ਦੇ ਵਿੱਚ? ਜਾਇਦਾਦ ਪਿੰਡ 'ਚ ਮਰਵਾ ਜ਼ਮੀਨ ਦਾ ਸੀ, ਹੋਰ ਵੀ ਚੰਗੀ ਜਾਇਦਾਦ ਕੋਠੇ ਦੋ ਕਨਾਲਾਂ ਦੇ ਥਾਂ ਸੀ, ਜਿਹਦੇ ਵਿੱਚ ਕੋਠੇ ਪਏ ਸੀ ਅਤੇ ਜਾਇਦਾਦ ਬੜੀ ਸਾਰੀ ਉਸ ਤਰ੍ਹਾਂ ਛੱਡ ਕੇ ਆ ਗਏ ਹਾਂ। ਇਹ ਕਿਵੇਂ ਕਿਵੇਂ ਸੁਣਨਾ ਤੁਸੀਂ ਸ਼ੁਰੂ ਕੀਤਾ ਕਿ ਦੇਸ਼ ਵੰਡਿਆ ਗਿਆ? ਕਿਉਂਕਿ ਉਸ ਟਾਈਮ ਕੋਈ ਟੈਕਨੋਲੋਜੀ ਨਹੀਂ ਸੀ, ਕੋਈ ਸੂਚਨਾ ਦੇ ਸਾਧਨ ਨਹੀਂ ਸਨ, ਕਿਵੇਂ ਤੁਹਾਨੂੰ ਪਤਾ ਲੱਗਾ ਕਿ ਦੇਸ਼ ਵੰਡਿਆ ਗਿਆ, ਜਿਹੜੇ ਭਰੇ ਭਰੁੱਤੇ ਘਰ ਨੇ ਹੁਣ ਸਾਨੂੰ ਛੱਡ ਕੇ ਜਾਣਾ ਪੈਣਾ? ਉਹ ਜਿਹੜਾ ਸਾਡੇ ਪਿੰਡ ਦਾ ਰਿਸ਼ਤੇਦਾਰ ਸੀਗਾ ਅਤੇ ਉਹ ਲੀਡਰ ਸੀ, ਉਹਨੇ ਦੱਸਿਆ ਵੀ ਦੇਸ਼ ਵੰਡਿਆ ਗਿਆ, ਜੇ ਕੋਈ ਆਣ ਕੇ ਤੁਹਾਨੂੰ ਆਖੇ ਵੀ ਇੱਥੇ ਤੁਹਾਨੂੰ ਨਹੀਂ ਰਹਿਣਾ, ਤੁਹਾਨੂੰ ਛੱਡ ਆਉਂਦੇ ਹੋ ਅਤੇ ਤੁਸੀਂ ਜਿੰਨਾ ਚਿਰ ਮੈਂ ਨਾ ਆਵਾਂ ਉਹਨਾਂ ਚਿਰ ਤੁਸੀਂ ਉੱਠਣਾ ਨਹੀਂ, ਮੈਂ ਮਿਲਟਰੀ ਲੈ ਕੇ ਆਊਂ ਤਾਂ ਤੁਹਾਨੂੰ ਠਾਵਾਂਗੇ। ਫਿਰ ਹੁਣ ਆਪਣੇ ਜ਼ੋਰ ਨਾਲ ਮਿਲਟਰੀ ਲੈ ਕੇ ਗਿਆ, ਫਿਰ ਸਾਰੇ ਪਿੰਡ ਜਿੰਨੇ ਸਾਡੇ ਲਾਗੇ ਚਾਗੇ ਵੀ ਸਾਰੇ ਪਿੰਡ ਫਿਰ ਇਕੱਠੇ ਉਹਨੇ ਠਾਏ ਅਤੇ ਕਾਫਲਾ ਬਣ ਕੇ ਅਤੇ ਤੋੜ ਆਇਆ। ਜਦੋਂ ਤੁਹਾਨੂੰ ਆ ਕੇ ਪਤਾ ਲੱਗ ਗਿਆ ਵੀ ਸਾਨੂੰ ਇੱਥੋਂ ਉੱਠਣਾ ਪੈਣਾ, ਅਤੇ ਤੁਹਾਡਾ ਜਿਹੜਾ ਵੀ ਤੁਹਾਡੀ ਸਾਂਝ ਵਾਲਾ ਸੀ ਉਹਨੇ ਦੱਸ ਦਿੱਤਾ ਕਿ ਜਿੰਨਾ ਚਿਰ ਮੈਂ ਨਾ ਆਵਾਂ ਜਾਂ ਮੈਂ ਮਿਲਟਰੀ ਲੈ ਕੇ ਨਾ ਆਵਾਂ ਤੁਹਾਡੀ ਸੁਰੱਖਿਆ ਲਈ ਆਸਤਾ, ਉਹਨਾਂ ਚਿਰ ਤੁਸੀਂ ਪਿੰਡ ਨਹੀਂ ਛੱਡਣਾ, ਉਹਨਾਂ ਚਿਰ ਜਿਹੜੇ ਹਾਲਾਤ ਸੀ ਤੁਸੀਂ ਪਿੰਡ 'ਚ ਫਿਰ ਕਿਤਨਾ ਰਹਿੰਦੇ ਰਹੇ, ਆਪਣੀ ਸੁਰੱਖਿਆ ਲਈ ਕੀ ਕਰਦੇ ਰਹੇ? ਇਸ ਤਰ੍ਹਾਂ ਕਰਦੇ ਰਹੇ ਹਾਂ ਵੀ ਜਿਹੜੇ ਹਥਿਆਰ ਦੇਸੀ ਬਣਾਏ ਸੀ ਉਹ ਰਾਤ ਨੂੰ ਗੱਡਿਆਂ 'ਤੇ ਬੰਨ ਕੇ ਅਤੇ ਤੋਪਾਂ ਵਾਂਗੂ ਚਲਾਉਣੇ ਅਤੇ ਤੋਪਾਂ ਅਰਗੇ ਕਿਹੜੇ ਹਥਿਆਰ ਹੁੰਦੇ ਆ? ਇਹੋ ਤੋਪਾਂ ਅਰਗੇ ਲੰਮੇ ਹਥਿਆਰ ਬੰਨਣ ਵਾਲੇ ਮੋਟੇ। ਉਹਨਾਂ ਹਥਿਆਰਾਂ ਬਾਰੇ ਜਾਣਕਾਰੀ ਦਿਓ, ਕੀ ਹੁੰਦੇ ਸੀ ਅਤੇ ਕਿਸ ਢੰਗ ਨਾਲ ਬਣਾਏ ਸੀ? ਉਹ ਬਣਾਏ ਇਹ ਢੰਗ ਨਾਲ ਸੀ ਵੀ ਉਹਨਾਂ ਦੇ ਮਰਲੇ ਬੰਨੇ ਜਾਣਿਆ, ਉਹਨਾਂ ਦੇ ਲੱਕੜਾਂ ਠੋਕ ਕੇ ਅਤੇ ਉਹਦੀ ਭੰਨ ਕੇ ਅਤੇ ਪਿਛਲੇ ਬੰਨੇ ਮੋੜਦੇ ਸੀ ਅਤੇ ਉੱਤੇ ਮੋਰੀਆਂ ਕੱਢੀਆਂ ਜਿਹਨ ਦੀ ਅੱਗ ਲਾਉਣੀ ਅਤੇ ਉਹ ਭਰ ਕੇ ਮਸਾਲੇ ਨਾਲ ਅਤੇ ਗੋਲੀਆਂ ਜਿਹੜੀਆਂ ਗੋਲੀਆਂ ਬਣਾਈਆਂ ਸੀ ਅਤੇ ਇਹਨਾਂ ਦੀਆਂ ਸਿੱਖਾਂ ਦੀਆਂ ਉਹਨਾਂ ਨਾਲ ਭਰ ਕੇ ਅਤੇ ਮਸਾਲੇ ਨਾਲ ਭਰ ਕੇ ਪਿਛਲੇ ਬਣੇ ਮਸਾਲਾ ਅਤੇ ਅਗਲੇ ਬਣੇ ਗੋਲੀਆਂ ਉੱਤੋਂ ਤੇਲ ਪਾ ਕੇ ਅੱਗ ਲਾਉਣ ਵਾਲਾ ਉੱਤੇ ਅੱਗ ਲਾਉਣੀ ਫਿਰ ਉਹ ਚੱਲਣੀਆਂ ਅਤੇ ਗਾਂਹ। ਉਸ ਹਥਿਆਰ ਨੂੰ ਕਹਿੰਦੇ ਕੀ ਸੀ? ਉਹਨਾਂ ਤੋਪਾਂ। ਤੋਪਾਂ, ਫਿਰ ਤੇ ਬਾਪੂ ਜੀ ਬਹੁਤ ਜ਼ਬਰਦਸਤ ਤੁਸੀਂ ਆਪਣੀ ਸੁਰੱਖਿਆ ਦੇ ਲਈ ਹਥਿਆਰ ਬਣਾਇਆ ਸੀ। ਹੋਰ ਸੁਰੱਖਿਆ ਦੇ ਲਈ ਕਿਹੜੇ ਕਿਹੜੇ ਤੁਹਾਡੇ ਕੋਲ ਉਸ ਟਾਈਮ? ਛੋਟੇ ਛੋਟੇ ਨਿੱਕੀਆਂ ਜਿਹੜੀਆਂ ਸਿੱਖਾਂ ਉਹਨਾਂ ਵਰਗੀਆਂ। ਉਹਦੇ ਨਾਲ ਕੋਈ ਫੈਰ ਕਰਕੇ ਵੀ ਵੇਖਿਆ ਕੋਈ ਹੁੰਦਾ ਸੀ? ਕੋਈ ਫੈਰ ਕਰਦੇ ਰਹੇ ਹਾਂ ਕਿ ਉਹਨਾਂ ਤੋਪਾਂ ਨਾਲ ਵੀ ਕਰਦੇ ਰਹੇ ਹਾਂ, ਉਹਨਾਂ ਨਾਲ ਵੀ ਕਰਨੇ ਸਿਆਣੇ ਜਿਹੜੇ ਆਦਮੀ ਉਹਨਾਂ ਨੇ ਉਹਨਾਂ ਨਾਲ ਕਰਨੇ ਫਰਕ ਤੋਪਾਂ। ਇਸ ਦੌਰਾਨ ਕੋਈ ਤੁਹਾਡੇ ਪਿੰਡ ਦਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਵੀ ਹੋਇਆ? ਕੋਈ ਨੁਕਸਾਨ ਕੋਈ ਨਹੀਂ ਹੋਇਆ ਸਾਡੇ, ਨਾ ਕੋਈ ਨੁਕਸਾਨ, ਲਾਗੇ ਚਾਗੇ ਸਾਰੇ ਖੂਨਸਾਨ ਸੀ, ਉਹ ਆਉਂਦੇ ਸੀ ਵੀ ਨਾ ਅਸੀਂ ਤੁਹਾਡੀ ਕਰਾਂਗੇ ਮਦਦ, ਅਸੀਂ ਉਹ ਜਿਹੜਾ ਕੋਈ ਕਰੂਗਾ ਉਹਦੇ ਹੱਲ ਨਹੀਂ ਹੁੰਦੇ, ਤੁਹਾਡੇ ਹੱਲ ਹੋਵਾਂਗੇ,
ਤੁਸੀਂ ਫਿਕਰ ਨਾ ਕਰਿਓ। ਜਦੋਂ ਰੌਲਾ ਪੈ ਗਿਆ, ਦੰਗੇ ਸ਼ੁਰੂ ਹੋ ਗਏ, ਜਿਹੜੇ ਤੁਹਾਡੇ ਪਿੰਡ ਦੇ ਤੁਹਾਡੇ ਹਮਸਾਏ ਸੀ, ਤੁਹਾਡੇ ਗੁਆਂਢ ਵਸਣ ਵਾਲੇ ਜਿਹੜੇ ਮੁਸਲਮਾਨ ਆ, ਕੀ ਉਹਨਾਂ ਵੀ ਤੁਹਾਡੇ ਨਾਲ ਕੋਈ ਵਧੀਕੀ ਕੀਤੀ? ਕੋਈ ਨੀ, ਕਹੇ ਨੀ ਕਿ ਉਦੋਂ ਜਿਹੜੇ ਇਧਰੋਂ ਗਏ ਸੀ ਉਹਨਾਂ ਕੀਤੀ ਸੀ, ਜਿਹੜੇ ਉਧਰ ਤੇ ਸੀ ਉਹਨਾਂ ਸਗੋਂ ਮੁੜ ਕੇ ਮਦਦ ਕੀਤੀ। ਉਹਨਾਂ ਨੇ ਪੱਠੇ ਲਈ ਉਹਨੇ ਆ ਅਤੇ ਮੇਰੀਆਂ ਲੱਤਾਂ ਵਿੱਚ ਆ ਗਈਆਂ ਸੀ ਅਤੇ ਤੇਲ ਮੰਨਣ ਡਏ ਸੀ ਮੁਸਲਮਾਨ, ਅਤੇ ਉਹ ਇੱਧਰੋਂ ਸੂਹੀਆਂ ਤੋਂ ਗਏ ਸੀ ਅਤੇ ਉਹ ਉਹਨਾਂ ਨੂੰ ਪਤਾ ਲੱਗਾ ਅਤੇ ਉਹ ਉੱਥੇ ਆਣ ਕੇ ਉਹਨਾਂ ਨੇ ਅਤੇ ਉਹ ਗੱਡੇ ਡਾਕ ਲਏ ਅਤੇ ਜਾਇਦਾਦ ਸੀ ਉੱਥੋਂ ਦਾ ਮੁਸਲਮਾਨ, ਉਹ ਸਾਡੇ ਪਿਓ ਦੇ ਨਾਲ ਰਹਿੰਦਾ ਰਿਹਾ ਸੀ। ਉਹਨੂੰ ਉਹਨਾਂ ਜਲਾਇਆਂ ਦੱਸਿਆ ਵੀ ਤੁਹਾਡੇ ਭਰਾਵਾਂ ਦੇ ਗੱਡੇ ਮੁਸਲਮਾਨਾਂ ਡੱਕ ਲਏ ਨੇ, ਉਹਨਾਂ ਫੇਰਾਂ ਆਣ ਕੇ ਅਤੇ ਉਹਨਾਂ ਨੂੰ ਨਾਲ ਝਗੜਾ ਕੀਤਾ ਅਤੇ ਉਹਨਾਂ ਨੂੰ ਪਿੰਡੋਂ ਟੋਟੀਆਂ ਤੋਂ ਕੱਢਿਆ ਅਤੇ ਸਾਡੀ ਮਦਦ ਕੀਤੀ ਅਤੇ ਸਾਡੇ ਵੱਡਿਆਂ ਨੂੰ ਆਖਿਆ ਵੀ ਤੁਸੀਂ ਆਪਣੇ ਬੰਦੇ ਨਾ ਘੱਲਿਆ ਕਰੋ, ਮਜ਼ਬੀ ਘੱਲਦਿਆ ਕਰੋ ਪੱਠੇ ਖਾਣ ਨੂੰ, ਜੇ ਤੁਹਾਡਾ ਨੁਕਸਾਨ ਹੋਵੇ ਅਸੀਂ ਤੁਹਾਨੂੰ ਬਣਾ ਕੇ ਦਿਆਂਗੇ। ਤੁਸੀਂ ਯਾਦ ਕਰੋ ਹਾਂ ਜਦੋਂ ਤੁਸੀਂ ਪਿੰਡ ਛੱਡਿਆ, ਉਹ ਕਿਹੜਾ ਵੇਲਾ ਸੀ ਅਤੇ ਪਿੰਡੋਂ ਕਿਹੜਾ ਕਿਹੜਾ ਸਮਾਨ ਤੁਸੀਂ ਚੁੱਕ ਕੇ ਤੁਰ ਸਕੇ? ਉਹ ਤੋਂ ਆਪਣਾ ਪੱਠਾ ਦੱਸਾ ਅਤੇ ਖਾਣ ਨੂੰ ਆਟਾ ਉੱਟਾ ਅਤੇ ਮਿਰਚ ਗੋੜਗੜ ਅਤੇ ਕੁੱਤੇ ਲੈਣ ਜੋਗੇ ਜਿਹੜੇ ਲੜੇ ਹੋਰ ਤੇ ਸਮਾਨ ਖੁੱਲ੍ਹਾ ਛੱਡ ਕੇ ਬੂਹੇ ਖੁੱਲ੍ਹੇ ਛੱਡ ਕੇ ਅਤੇ ਤੁਰ ਪਏ। ਸਵੇਰ ਦਾ ਹੀ ਟਾਈਮ ਸੀ। ਕੋਈ ਕੋਈ ਮਾਲ ਡੰਗਰ ਵੀ ਨਾਲ ਹੀ ਕਿਹਾ? ਮਾਲ ਡੰਗਰ ਜਿਹੜੇ ਬਹੁਤ ਜੁੱਤੇ ਸੀ ਕੱਢੇ ਉਹ ਜੁੱਤੇ ਅਤੇ ਜਿਹੜੀਆਂ ਰੇਰੀਆਂ ਸੀ ਇੱਕ ਦੋ ਉਹ ਲਈਆਂ। ਅਤੇ ਤੁਹਾਡੇ ਗੱਡੇ ਦੇ ਉੱਤੇ ਹੋਰ ਤੁਹਾਡੇ ਪਰਿਵਾਰ ਦੇ ਘਰ ਦੇ ਕਿਹੜੇ ਕਿਹੜੇ ਜੀ ਸੀ ਜਿਹੜੇ ਨਾਲ ਸੀ ਤੁਹਾਡੇ? ਘਰ ਦੇ ਸਾਡੇ ਸਾਡੀਆਂ ਮਾਵਾਂ ਵੀ, ਸਾਡੀਆਂ ਭੈਣਾਂ ਵੀ, ਸਾਡੀਆਂ ਹੋਰ ਜਿਹੜੇ ਭਰਾ ਵੀ ਸੀ ਜਿਹੜੇ ਹੋਰ ਨਾਲ ਸਾਡੇ ਵੱਡੇ, ਉਹ ਵੀ ਗੱਡਿਆਂ ਦੇ ਹੀ ਸਾਰੇ ਕੋਈ ਤੁਰ ਕੇ ਆ ਗਏ, ਜਿਹੜੇ ਛੋਟੇ ਨਹੀਂ ਤੁਰ ਸਕਦੇ ਉਹ ਗੱਡਿਆਂ 'ਤੇ ਆ ਗਏ। ਉਸ ਟਾਈਮ ਕਿਹਾ ਜਾਂਦਾ ਹੈ ਕਿ ਬਹੁਤ ਵੱਡੀ ਕਤਲੋਗਾਰਤ ਹੋਈ, ਲਾਸ਼ਾਂ ਦੇ ਅੰਬਾਰਾਂ ਦੇ ਅੰਬਾਰ ਵਿਛ ਗਏ। ਕੀ ਰਸਤੇ ਦੇ ਵਿੱਚ ਤੁਸੀਂ ਆਉਂਦਿਆਂ ਕੋਈ ਵੇਖਿਆ ਕੁਛ ਇਹੋ ਜਿਹਾ? ਵੇਖਿਆ ਰਾਹ ਦੇ ਵਿੱਚ ਆ ਗਏ ਸੀ ਅਤੇ ਉਹਨਾਂ ਜਿਹੜਾ ਬੱਲੋ ਵਾਲਾ ਹੈਡੇ ਹੀ ਉਹ ਅੱਗੋਂ ਬੂਹਾ ਮਾਰ ਕੇ ਅਤੇ ਉਹ ਕਾਫਲਾ ਸਾਰਾ ਹੀ ਉੱਕਾ ਉਹਨਾਂ ਵੱਡਿਆ ਅਤੇ ਲੋਸਾਂ ਉਤਰੀਆਂ ਪਈਆਂ। ਸਾਡਾ ਵੀ ਬੂਹਾ ਇੱਕ ਵਾਰ ਉਹਨਾਂ ਮਾਰ ਲਿਆ ਸੀ ਜਦੋਂ ਫਿਰ ਮਿਲਟਰੀ ਨੇ ਇੱਧਰੋਂ ਹੋਰ ਮਿਲਟਰੀ ਮੰਗਵਾਈ ਅਤੇ ਆਖਿਆ ਉਹਨਾਂ ਆਖਿਆ ਬੂਹਾ ਭੰਨ ਦਿਓ, ਫਿਰ ਉਹਨਾਂ ਭੱਜ ਕੇ ਬੂਹਾ ਲਾਇਆ ਅਤੇ ਫਿਰ ਗੱਡੇ ਨੰਗੇ ਪਹਿਲਾਂ ਸਾਡਾ ਮਾਲ ਲੰਘ ਗਿਆ ਸੀ, ਉਹਨਾਂ ਬੂਹਾ ਬੰਦ ਕਰ ਲਿਆ ਸੀ। ਰਾਹ ਦੇ ਵਿੱਚ ਰਸਤੇ ਦੇ ਵਿੱਚ ਆਉਂਦਿਆਂ ਖਾਣ ਪੀਣ ਦਾ ਫਿਰ ਕੀ ਇੰਤਜ਼ਾਮ ਹੁੰਦਾ ਸੀ, ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਸੀ? ਉਹ ਜੇ ਕੋਈ ਆ ਗਿਆ ਜਿਹੜੇ ਅਗਦੀ ਆ ਗਏ ਉਹਨਾਂ ਬਣਾ ਲਿਆ, ਜਿਹੜੇ ਮਗਰੋਂ ਆ ਗਏ ਆ ਉਹ ਕਈ ਜੇ ਬਣਾਉਂਦੇ ਵੀ ਹੁੰਦੇ ਸੀ ਅਤੇ ਤੁਰ ਪੈਂਦੇ ਸੀ ਅਤੇ ਗੱਡਿਆਂ 'ਤੇ ਬਹਿ ਕੇ ਖਾਂਦੇ ਖੁੰਦੇ ਸੀ ਅਤੇ ਪਾਣੀ ਜਿਹੜੇ ਖੂਹ ਉਹਨਾਂ ਨੇ ਆਪਣੇ ਟੈਸਟ ਕਰਕੇ ਮਲੇ ਸੀ ਉਹਨਾਂ ਤੋਂ ਦੋ ਪੀਪੀਏ ਪਾਣੀ ਦਿੰਦੇ ਸੀ ਗੱਡੇ ਨੂੰ। ਇੱਥੋਂ ਫਿਰ ਜਦੋਂ ਤੁਸੀਂ ਬਾਰਡਰ, ਕਿਹੜੇ ਬਾਰਡਰ ਤੋਂ ਕ੍ਰੋਸ ਹੋ ਗਏ ਇੰਡੀਆ ਦੇ ਵਿੱਚ ਆਏ? ਆ ਜਿਹੜਾ ਹੈਗਾ ਕਸੂਰ, ਕਸੂਰ ਬਾਰਡਰ ਜਿਹੜਾ ਕਾਫਲਾ ਚੱਲਦਾ ਰਿਹਾ, ਕਿੰਨਾ ਸਮਾਂ ਲੱਗਾ ਇਹਨੂੰ ਇੱਥੇ ਪਹੁੰਚਣ 'ਚ? 15 ਦਿਨ ਲੱਗੇ ਉਹਨਾਂ ਨੂੰ, ਦਿਨ ਰਾਤ 15 ਦਿਨ ਲੱਗੇ। ਹੁਣ ਤਾਂ ਹੀ ਆਏ, ਲੌਟਦੇ ਹੀ ਨਹੀਂ ਆਏ। ਹੁਣ ਜਦੋਂ ਤੁਸੀਂ ਇੱਥੇ ਆ ਕੇ ਵੱਸ ਗਏ ਜਦੋਂ ਇੰਡੀਆ ਦੇ ਵਿੱਚ, ਇੱਥੇ ਆਇਆਂ ਦੀ ਕਿਸੇ ਸਰਕਾਰ ਨੇ, ਕਿਸੇ ਪ੍ਰਸ਼ਾਸਨ ਨੇ ਕੋਈ ਬਾਂਹ ਫੜੀ, ਕੋਈ ਮਦਦ ਮਿਲੀ ਕਿਸੇ ਤਰ੍ਹਾਂ ਦੀ ਵੀ ਕੋਈ? ਆ ਜ਼ਮੀਨਾਂ ਦੀ ਫੜੀ, ਜਿਹੜੀ ਫੜੀ ਹੋਰ ਤਾਂ ਉਹ ਜਿਹੜੇ ਮੁਸਲਮਾਨਾਂ ਦੇ ਹੈਗੇ ਸੀਗੇ ਕੁਮਾਰ ਕਮੂਰ, ਉਹ ਆਖਿਆ ਚਾਰ ਲੋਕ ਉਸ ਤਰ੍ਹਾਂ ਦੇ ਲੋਕਾਂ ਮਰ ਰਹੇ ਸੀ, ਉਹਨਾਂ ਆਖਿਆ ਜਿਹੜੇ ਲੋਕਾਂ ਦੇ, ਫਿਰ ਉਹ ਦੇ ਕੇ ਗਏ ਮੁੜ ਕੇ ਪੈ ਜ਼ਮੀਨ ਵੰਡ ਕੇ ਦਿੱਤੀਆਂ ਜਿੰਨੀਆਂ ਉੱਧਰ ਆਏ ਸੀ। ਜਿੰਨੀ ਤੁਹਾਡੀ ਉੱਥੇ ਜਾਇਦਾਦ ਹੈਗੀ ਸੀ ਉੱਨੀ ਦੀ ਉੱਨੀ ਪੂਰੀ ਇੱਥੇ ਮਿਲੀ? ਉਹਨੀ ਪੂਰੀ ਕਿਸੋਂ ਮਿਲਣੀ ਸੀ, ਜ਼ਮੀਨਾਂ ਮਿਲੀਆਂ, ਜ਼ਮੀਨਾਂ ਕਿਸੋਂ ਜਾਇਦਾਦ ਕਿਸੋਂ ਲੈਣੀ, ਕਿਸੇ ਨਹੀਂ ਦਿੱਤੀ, ਉਹਦੇ ਕਮਾ ਕਮੂ ਕੇ ਖਾਧਾ। ਤੁਸੀਂ
ਉਹ ਸਮੇਂ ਵੀ ਵੇਖੇ ਜਦੋਂ ਦੇਸ਼ ਸਾਂਝਾ ਹੁੰਦਾ ਸੀ, ਭਾਈਚਾਰਕ ਤੌਰ 'ਤੇ ਇਕੱਠੇ ਸਾਰੇ ਆਪਾਂ ਵੱਸਦੇ ਸਾਂ, ਅਤੇ ਅੱਜ ਦਾ ਵੀ ਸਮਾਂ ਵੇਖ ਰਿਹਾ ਜੋ, ਕੀ ਤੁਹਾਡੇ ਖਿਆਲ ਨਾਲ ਉਹ ਦਿਨ ਚੰਗੇ ਸੀ ਕਿ ਅੱਜ ਵਾਲੇ ਚੰਗੇ ਆ? ਉਹਦੇ ਹਿਸਾਬ 'ਤੇ ਅੱਜ ਦੇ ਹਿਸਾਬ ਨਾਲ ਇਹ ਚੰਗੇ ਆ, ਉਦੋਂ ਦੇ ਹਿਸਾਬ ਨਾਲ ਉਹ ਚੰਗੇ ਜਿਹੜੇ ਉੱਥੇ ਵੱਸਦੇ ਹਾਂ, ਜ਼ਮੀਨਾਂ ਵੀ ਚੰਗੀਆਂ ਏ, ਲਾਗੇ ਚਾਗੇ ਆਂਢ ਗੁਆਂਢ ਵੀ ਚੰਗੇ, ਫਿਰ ਜਾਣਿਆ ਫਸਲ ਵੀ ਚੰਗੇ ਹੁੰਦੇ ਸੀ, ਇੱਧਰ ਨਾਲੋਂ ਦੂਣੇ ਹੁੰਦੇ। ਅੱਜ 72 ਸਾਲ ਹੋ ਗਏ ਦੇਸ਼ ਦੀ ਵੰਡ ਹੋਈ ਨੂੰ, ਅਤੇ ਤੁਹਾਨੂੰ ਉਹ ਸਾਰੀਆਂ ਗੱਲਾਂ ਅਜੇ ਵੀ ਕੱਲ੍ਹ ਵਾਂਗੂ ਯਾਦ ਆ? ਯਾਦ ਕਰੋ ਹਾਂ ਕੋਈ ਆਪਣੇ ਮੁਸਲਮਾਨ ਭਰਾ ਜਿਹੜੇ ਤੁਹਾਡੇ ਗੁਆਂਢ ਵੱਸਦੇ ਸੀ, ਜਿਨ੍ਹਾਂ ਨਾਲ ਤੁਸੀਂ ਕਬੱਡੀਆਂ ਖੇਡੀਆਂ, ਘੋਲ ਕੀਤੇ, ਮਿਰਚਾਂ ਗੋਡੀਆਂ, ਕੋਈ ਵਾਢੀਆਂ ਕੀਤੀਆਂ, ਕੋਈ ਨਾਂ ਦੱਸੋ ਹਾਂ ਕਿਸੇ ਦਾ? ਇੱਕ ਹੈਗੇ ਸੀਗੇ ਤੇਲੀ ਸੀ, ਅਤੇ ਉਹਨਾਂ ਨਾਲ ਹੈਗਾ ਸੀ ਜਿਹੜਾ ਫਰੋਜ ਸੀ, ਉਹ ਹੈਗੇ ਘੁਮਿਆਰ ਆ। ਪਿਆਰੇ ਦਰਸ਼ਕੋ, ਇਹ ਸਨ ਬਾਪੂ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੇ ਸਾਡੇ ਨਾਲ 1947 ਦੇ ਮੌਕੇ ਦਾ ਦਰਦ ਸਾਂਝਾ ਕੀਤਾ ਹੈ। 1947 ਦੀਆਂ ਗੱਲਾਂ ਕਰਦੇ ਇਹਨਾਂ ਬਜ਼ੁਰਗਾਂ ਦੀਆਂ ਅੱਖਾਂ ਦੇ ਕੋਇਆਂ 'ਤੇ ਤੈਰਦਾ ਪਾਣੀ ਦੱਸਦਾ ਕਿ 1947 ਵਾਲੇ ਹਾਲਾਤ ਆਮ ਨਹੀਂ ਸਨ, ਪਰ ਫਿਰ ਵੀ ਮਿਹਨਤੀ ਪੰਜਾਬੀਆਂ ਨੇ ਉੱਜੜ ਪੁੱਜੜ ਕੇ ਸਭ ਕੁਛ ਗਵਾ ਕੇ ਵੀ ਇੱਥੇ ਆ ਕੇ ਵੱਸ ਕੇ ਆਪਣੇ ਆਪ ਨੂੰ ਮੁੜ ਸਥਾਪਿਤ ਕੀਤਾ ਅਤੇ ਚੰਗਾ ਮੁਕਾਮ ਵੀ ਬਣਾਇਆ। ਜੇ ਇਹਨਾਂ ਦੀ ਬਾਪੂ ਜੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਬੇਟੇ ਸਰਦਾਰ ਸੁਖਦੇਵ ਸਿੰਘ ਲਗਾਤਾਰ 25 ਸਾਲ ਪਿੰਡ ਕੌਲੋਵਾਲ ਦੇ ਸਰਪੰਚ ਰਹੇ ਅਤੇ ਇੱਕ ਰਾਜਨੀਤਿਕ ਪਾਰਟੀ ਦੇ ਵਿੱਚ ਵਿਚਰਦਿਆਂ ਚੰਗਾ ਮੁਕਾਮ ਜਿਹੜਾ ਹੈ ਉਹ ਇਹਨਾਂ ਨੇ ਸਥਾਪਿਤ ਕੀਤਾ। ਮੇਰੇ ਨਾਲ ਨੇ ਮੇਰੇ ਸਹਿਯੋਗੀ ਪੱਤਰਕਾਰ ਧਰਵਿੰਦਰ ਸਿੰਘ ਔਲਖ, ਅਤੇ ਸਾਥੀਓ ਅਸੀਂ ਚਾਹਵਾਂਗੇ ਤੁਹਾਡੇ ਕੋਲੋਂ ਇਜਾਜ਼ਤ, ਅਗਲੇ ਕਿਸੇ ਐਪੀਸੋਡ ਦੇ ਵਿੱਚ ਕਿਸੇ ਹੋਰ ਬਜ਼ੁਰਗ ਸ਼ਖਸੀਅਤ ਦੇ ਨਾਲ ਤੁਹਾਨੂੰ ਫਿਰ ਰੂਬਰੂ ਕਰਾਵਾਂਗੇ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।